ਪਰ ਉਹ 'ਚ ਕਿਸੇ ਵੀ ਦੋਸ਼ੀ ਨੂੰ ਨਾ ਤਾਂ ਵੀਜੀ 'ਤੇ ਪੇਸ਼ ਕੀਤਾ ਗਿਆ ਅਤੇ ਨਾ ਹੀ ਫਿਜੀਕਲੀ ਪੇਸ਼ ਕੀਤਾ ਗਿਆ। ਅਤੇ ਇੱਕ ਜਿਹੜਾ ਹੈਗਾ ਸੀ ਮਨਦੀਪ ਤੂਫਾਨ, ਉਹਦੀ ਡੈਥ ਹੋ ਚੁੱਕੀ ਹੈ, ਉਹਦੇ ਸੰਬੰਧ 'ਚ ਆਈਓ ਦਾ ਬਿਆਨ ਰਿਕਾਰਡ ਕਰਨਾ ਸੀ, ਜਿਹਦੇ ਸੰਬੰਧ 'ਚ ਆਈਓ ਦਾ ਬਿਆਨ ਰਿਕਾਰਡ ਹੋ ਚੁੱਕਿਆ। ਅਤੇ ਮਾਣਯੋਗ ਅਦਾਲਤ ਨੇ ਜਿਹੜੇ ਸਾਰੇ ਦੋਸ਼ੀਆਂ ਦੇ 26/7/2023 ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹੈ ਤਾਂ ਕਿ ਉਹ ਕੇਸ ਜਿਹੜਾ ਹੈਗਾ ਕਮਿਟ ਕੀਤਾ ਜਾ ਸਕੇ। ਆਹ ਦੇਖੋ ਅਦਾਲਤ, ਮਾਣਯੋਗ ਅਦਾਲਤ ਆਰਡਰ ਤਾਂ ਕਰ ਰਹੀ ਹੈ, ਹੁਣ ਜੇਲ੍ਹ ਸੁਪਰਡੈਂਟ ਹੋਰਾਂ ਨੇ ਦੇਖਣਾ ਹੈਗਾ ਕਿ ਉਹਨਾਂ ਨੂੰ ਇੱਥੇ ਲਿਆਉਣ 'ਚ ਕੀ ਸਮੱਸਿਆ ਜਾਂ ਕੀ ਦਿੱਕਤ ਹੈ ਪ੍ਰਸ਼ਾਸਨ ਨੂੰ, ਅਤੇ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕੋਈ ਇਸ਼ੂ ਹੈ ਜਾਂ ਕਿੱਦਾਂ ਹੈਗਾ। ਪਰ ਅੱਜ ਜਿਵੇਂ ਵੀਸੀ 'ਤੇ ਵੀ ਨਹੀਂ ਪੇਸ਼ ਕੀਤੇ ਗਏ ਇਹਦੇ ਬਾਰੇ, ਹੁਣ ਮੈਂ ਤਾਂ ਕੁਛ ਨਹੀਂ ਦੱਸ ਸਕਦਾ, ਤਾਂ ਜੇਲ੍ਹ ਅਥਾਰਟੀ ਹੀ ਦੱਸ ਸਕਦੀ ਹੈ ਕਿ ਕੀ ਕਾਰਨ ਰਹੇ ਕਿ ਉਹਨਾਂ ਨੂੰ ਵੀਸੀ 'ਤੇ ਵੀ ਪੇਸ਼ ਨਹੀਂ ਕੀਤਾ ਗਿਆ ਅੱਜ ਮਾਣਯੋਗ ਅਦਾਲਤ 'ਚ। ਤੁਸੀਂ ਕੀ ਰਿਮਾਂਡ ਦਿੱਤੀ? ਹਰ ਵਾਰ ਦੀ ਤਰ੍ਹਾਂ ਇਹੀ ਹੈ ਕਿ ਸਾਡਾ ਜਿਵੇਂ ਪਰਿਵਾਰ ਵੀ ਕਹਿ ਰਿਹਾ ਕਿ ਜਸਟਿਸ ਨਹੀਂ ਮਿਲ ਰਿਹਾ, ਸਾਨੂੰ ਵੀ ਹੈਗਾ ਕਿ ਕੇਸ ਆਪਦਾ ਕਮਿਟ ਹੋ ਕੇ ਸੈਸ਼ਨ ਕੋਰਟ ਚਲਾ ਜਾਵੇ ਤਾਂ ਕਿ ਇਹਦੀਆਂ ਪ੍ਰੋਸੀਡਿੰਗ ਸ਼ੁਰੂ ਹੋ ਸਕੇ। ਉਸੇ ਨੂੰ ਮੱਦੇ ਨਜ਼ਰ ਰੱਖਦੇ ਮਾਣਯੋਗ ਅਦਾਲਤ ਨੇ ਹੈਗਾ ਜਿਹੜਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਾਰੇ ਜੇਲ੍ਹ ਅਥਾਰਟੀਜ਼ ਨੂੰ, ਤਾਂ ਕਿ ਉਹਨਾਂ ਨੂੰ ਵੀਸੀ ਜਾਂ ਫਿਜੀਕਲੀ ਪੇਸ਼ ਕੀਤਾ ਜਾ ਸਕੇ।